ਹਾਂਜੀ ਭਾਜੀ ਅੰਗਰੇਜ਼ ਮੂਵੀ ਵੇਖ ਕੇ ਆਏ ਜੇ ਕਿੱਦਾਂ ਦੀ ਲੱਗੀ ਹਾਂਜੀ ਭਾਜੀ ਬਹੁਤ ਵਧੀਆ ਜੀ ਸਾਡਾ ਦਿਲ ਕਰਦਾ ਬਾਰ ਬਾਰ ਦੇਖੀਏ ਜਾ ਕੇ ਮੂਵੀ ਨਾ ਖਾਸ ਤੌਰ ਤੇ ਕਿਹੜੀ ਚੀਜ਼ ਜ਼ਿਆਦਾ ਵਧੀਆ ਲੱਗੀ ਤੁਹਾਨੂੰ ਫਿਲਮ ਦੇ ਵਿੱਚ ਸਾਰੀਆਂ ਤਕਰੀਬਨ ਸਾਰੀਆਂ ਗੱਲਾਂ ਇੱਕ ਤਾਂ ਵਾਹਵਾ ਓਲਡ ਟੱਚ ਜਿਹਾ ਦਿੱਤਾ ਗਿਆ ਮੂਵੀ ਦੇ ਵਿੱਚ ਜੀ ਸਾਰਾ ਪੁਰਾਣਾ ਜੋ ਵੀ ਪਿੱਛੋਂ ਦੇ ਸੀਨ ਸਾਹਣੇ ਸੀਗੇ ਸਾਰੇ ਬਾਕੀ ਅਮਰਿੰਦਰ ਗਿੱਲ ਦੀ ਐਕਟਿੰਗ ਇੱਕ ਤਾਂ ਐਮੀ ਵਿਰਕ ਦੀ ਉਹਦੇ ਬਾਈ ਦੀ ਪਹਿਲੀ ਫਿਲਮ ਸੀਗੀ ਆਈ ਥਿੰਕ ਹਾਂਜੀ ਹਾਂਜੀ ਉਹਦੇ ਵਿੱਚ ਉਹਨੇ ਤਾਂ ਦੁਬਾਰਾ ਜਾਵਾ ਟਿਕਟ ਲੈ ਕੇ ਇੱਕ ਵਾਰੀ ਫਿਰ ਵੇਖ ਕੇ ਆਵਾਂ ਕਰ ਰਿਹਾ ਜਾਓਗੇ ਮੈਂ ਕਹਿੰਦਾ ਜਾਊਂਗਾ ਜਰੂਰ ਜਾਊਂਗਾ ਪੂਰਾ ਆਪਣਾ ਪੁਰਾਣਾ ਸਾਰਾ ਕੁਛ ਸੱਭਿਆਚਾਰ ਕਲਚਰ ਪੂਰਾ ਦੱਸਿਆ ਉਹਨਾਂ ਨੇ ਕਿਸ ਤਰ੍ਹਾਂ ਵਿਖਾਇਆ ਸਾਰਾ ਕੁਛ ਕਿਸ ਤਰ੍ਹਾਂ ਆਪਣੇ ਪੁਰਾਣੇ ਲੋਕ ਕਿਸ ਤਰ੍ਹਾਂ ਪਹਿਲੋਂ ਵਿਆਹ ਕਰਦੇ ਸੀ ਕਿਸ ਤਰ੍ਹਾਂ ਜਾਂਦੇ ਸੀ ਹੱਸਦੇ ਖੇਡਦੇ ਸੀ ਕਿੰਨੀ ਵਧੀਆ ਲਾਈਫ ਸੀ ਪਹਿਲਾਂ ਜੀ ਤੇ ਮਤਲਬ ਟੋਟਲੀ ਡਿਫਰੈਂਟ ਕੰਸੈਪਟ ਪੇਸ਼ ਕੀਤਾ ਉਹਨਾਂ ਨੇ ਤੇ ਅਰਲੀ ਲਵ ਇਟ ਮੈਨ ਸੀਰੀਅਸਲੀ ਅਮਰਿੰਦਰ ਜੀ ਦਾ ਕੰਮ ਕਿੱਦਾਂ ਲੱਗਾ ਤੁਹਾਨੂੰ ਅਮਰਿੰਦਰ ਨੇ ਤੇ ਮਹਾਰਾਜ ਮੈਂ ਕਹਿੰਦਾ ਵੀ ਨਾਂਦੀ ਬਣਤੇ ਤੇ ਤੇ ਅਮਰਿੰਦਰ ਦਾ ਸਪੈਸ਼ਲੀ ਐਮੀ ਵਿਰਕ ਦਾ ਐਮੀ ਵਿਰਕ ਨੇ ਬਹੁਤ ਵਧੀਆ ਰੋਲ ਕੀਤਾ ਪਹਿਲੀ ਫਿਲਮ ਸੀ ਉਹਦੀ ਉਹਨੇ ਬਹੁਤ ਵਧੀਆ ਆਪਣਾ ਮਤਲਬ ਕਿ ਰੋਲ ਨਿਭਾਇਆ ਸ਼ੁਕਰੀਆ ਜੀ ਸ਼ੁਕਰੀਆ ਜੀ ਹਾਂਜੀ ਭੈਣ ਜੀ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਆਲਰੇਡੀ ਆਪਣੀ ਫੇਸਬੁੱਕ ਸਟੇਟਸ ਪਾ ਚੁੱਕੀ ਹਾਂ ਵੀ ਕੈਨ ਸੀ ਅਗੇਨ ਐਂਡ ਅਗੇਨ ਅਮਰਿੰਦਰ ਜੀ ਫਿਲਮ ਆਉਣ ਤੋਂ ਪਹਿਲਾਂ ਅਮਰਿੰਦਰ ਗਿੱਲ ਜੀ ਤੇ ਉਹਨਾਂ ਦੀ ਟੀਮ ਇਸ ਚੀਜ਼ ਦਾ ਦਾਅਵਾ ਕਰ ਰਹੇ ਸੀ ਕਿ ਇਹ ਸੀਡੀ ਆਉਣ ਵਾਲੇ ਪੀੜ੍ਹੀਆਂ ਨੂੰ ਵਿਖਾਉਣ ਦੇ ਲਈ ਲੋਕੀ ਘਰਾਂ ਦੇ ਵਿੱਚ ਰੱਖਣਗੇ ਕੀ ਤੁਸੀਂ ਇਸ ਚੀਜ਼ ਤੇ ਪੂਰੀ ਉਤਰੀ ਹੈ ਫਿਲਮ ਕੀ ਕਹਿਣਾ ਚਾਹੋਗੇ ਹਾਂਜੀ ਡੈਫੀਨੇਟਲੀ ਕਿਉਂਕਿ ਮਤਲਬ ਹੁਣ ਮੈਂ ਕਿੱਦਾਂ ਕਹਾਂ ਪੁਰਾਣਾ ਜਿਹੜਾ ਪੂਰਾ ਸੀਗਾ ਨਾ ਖਾਸ ਕਰਕੇ ਜਿਹੜੀਆਂ ਉਹਦੇ ਵਿੱਚ ਬੋਲੀਆਂ ਉਹਨਾਂ ਨੇ ਬੋਲੀਆਂ ਨੇ ਮਤਲਬ ਲੱਗ ਰਿਹਾ ਸੀ ਕਿ ਪਿਛਲਾ ਜਿਹੜਾ ਸੀ ਪੂਰਾ ਸਾਨੂੰ ਪਿਛੋਕੜ ਕਹਿ ਲਓ ਪਤਾ ਲੱਗਦਾ ਆ ਆਪਣੇ ਉਹ ਦਾਦੇ ਬਾਬਿਆਂ ਦਾ ਪਤਾ ਨਹੀਂ ਰਹੀ ਸੀ ਕਿ ਮੈਂ ਇੰਡੀਆ ਫੋਨ ਕਰਕੇ ਉਹਨਾਂ ਨੂੰ ਕਿਉਂਕਿ ਮੇਰੇ ਬ੍ਰਦਰ ਦੀ ਮੈਰਿਜ ਆ ਰਹੀ ਹੈ ਹੋਰ ਮੇਰਾ ਮੈਂ ਉਹ ਚ ਮਤਲਬ ਕਾਫੀ ਕੁਛ ਇੱਦਾਂ ਨਾਲ ਆਪਣੇ ਹਸਬੈਂਡ ਨਾਲ ਕਰ ਰਹੀ ਸੀ ਮੈਂ ਉਹ ਚੀਜ਼ ਹੁਣ ਮੈਰਿਜ ਚ ਕਰਨੀ ਮੈਂ ਆ ਵੀ ਕਰਨੀ ਉਹ ਵੀ ਕਰਨਾ ਮਤਲਬ ਉਹੀ ਨਾ ਕਿ ਵਧੀਆ ਲੱਗਾ ਆ ਸੋ ਜਿਨ੍ਹਾਂ ਨੇ ਹਲੇ ਨਹੀਂ ਵੇਖੀ ਉਹਨਾਂ ਦੇ ਨਾਂ ਡੈਫੀਨੇਟਲੀ ਆਉਣ ਅਸੀਂ ਈਵਨ ਤੁਹਾਡੇ ਆਉਣ ਤੋਂ ਪਹਿਲਾਂ ਇਹੀ ਸਾਡੀ ਆਪਸ ਚ ਗੱਲ ਹੋ ਰਹੀ ਸੀ ਕਿ ਇਹ ਫਿਲਮ ਨੂੰ ਬਲੌਕਬਸਟਰ ਮਤਲਬ ਇਹਨੂੰ ਸਾਰੀਆਂ ਪਿਛਲੀਆਂ ਨੂੰ ਫਲੌਪ ਕਰਨਾ ਚਾਹੀਦਾ ਆ ਤੇ ਹੋਣੀ ਚਾਹੀਦੀ ਆ ਪਿਛਲੀਆਂ ਕਿਉਂਕਿ ਸੀਰੀਅਸਲੀ ਬਹੁਤ ਨਾਈਸ ਫਿਲਮ ਆ ਬਹੁਤ ਵਧੀਆ ਸ਼ੁਕਰੀਆ ਭੈਣ ਜੀ ਸ਼ੁਕਰੀਆ ਜੀ ਹਾਂਜੀ ਭੈਣ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਟ ਵਾਸ ਅ ਨਾਈਸ ਮੂਵੀ ਓਕੇ ਨਾ ਆਈ ਲਾਈਕਡ ਇਟ ਇਟਸ ਗੁੱਡ ਥੈਂਕ ਯੂ ਹਾਂਜੀ ਭਾਈ ਫਿਲਮ ਵੇਖ ਕੇ ਆਏ ਹੋ ਤੁਸੀਂ ਅੰਗਰੇਜ਼ ਕਿੱਦਾਂ ਦੀ ਲੱਗੀ ਬਹੁਤ ਵਧੀਆ ਭਾਈ ਫੁੱਲ ਕਮੇਡੀ ਆ ਬਹੁਤ ਵਧੀਆ ਫਿਲਮ ਹੈ ਜੀ ਸਿਰਫ ਤੇ ਸਿਰਫ ਇੱਕ ਕਮੇਡੀ ਆ ਜਾਂ ਹੋਰ ਵੀ ਕੋਈ ਚੀਜ਼ ਕੋਈ ਮੈਸੇਜ ਵਾਲੀ ਕੋਈ ਵਾਕਈ ਫਿਲਮ ਵਾਲੀ ਕੋਈ ਚੀਜ਼ ਲੱਗੀ ਤੁਹਾਨੂੰ ਨਹੀਂ ਬੜੀ ਵਧੀਆ ਮਤਲਬ ਕਿ ਵੱਖਰੀ ਜਿਹੀ ਸਟੋਰੀ ਲੱਗੀ ਬਾਕੀ ਫਿਲਮਾਂ ਨਹੀਂ ਤਾਂ ਹੁਣ ਕਮੇਡੀ ਆਈ ਜਾਂਦੀ ਆ ਬਹੁਤ ਹੀ ਜ਼ਿਆਦਾ ਆ ਹਰੇਕ ਫਿਲਮ ਜਸਟ ਕਮੇਡੀ ਹੁੰਦੀ ਆ ਪਰ ਇਹਨਾਂ ਇੱਕ ਜਿੱਦਾਂ ਬੜਾ ਵਧੀਆ ਮਤਲਬ ਇੱਕ ਰੋਮਾਂਟਿਕ ਫਿਲਮ ਵੀ ਆ ਤੇ ਬੜੀ ਵਧੀਆ ਮਤਲਬ ਕਿ ਡਿਫਰੈਂਟ ਸਟੋਰੀ ਸੀ ਜੀ ਸ਼ੁਕਰੀਆ ਜੀ ਹਾਂਜੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਫਿਲਮ ਬਾਰੇ ਸੇਮ ਰਿਵਿਊ ਹੈ ਜੀ ਬਹੁਤ ਲੱਗੀ ਫਿਲਮ ਸਪੈਸ਼ਲੀ ਇੰਟਰਮਿਸ਼ਨ ਤੋਂ ਬਾਅਦ ਚੋਂ ਫਿਲਮ ਦੀ ਸਟੋਰੀ ਕੁਛ ਜ਼ਿਆਦਾ ਵਧੀਆ ਵਾ ਜੀ ਫਿਲਮ ਥੋੜੀ ਬੋਰਿੰਗ ਸੀ ਪਰ ਓਵਰਆਲ ਫਿਲਮ ਬਹੁਤ ਆਮ ਤੌਰ ਤੇ ਵੇਖਿਆ ਜਾਂਦਾ ਕਿ ਜਿੱਦਾਂ ਟ੍ਰੇਲਰ ਜਦੋਂ ਆਪਾਂ ਵੇਖ ਕੇ ਫਿਲਮ ਵੇਖਣ ਦੇ ਲਈ ਆਉਂਦੇ ਹਾਂ ਤੇ ਲੱਗਦਾ ਕਿ ਨਹੀਂ ਟ੍ਰੇਲਰ ਕੁਛ ਹੋਰ ਸੀ ਫਿਲਮ ਕੁਛ ਹੋ ਰਿਹਾ ਏਦਾਂ ਦਾ ਕੋਈ ਫੀਲ ਹੋਇਆ ਨਹੀਂ ਨਹੀਂ ਏਦਾਂ ਦਾ ਕੋਈ ਫੀਲ ਨਹੀਂ ਆ ਮਤਲਬ ਜਿੱਦਾਂ ਦੇ ਟ੍ਰੇਲਰ ਸੀ ਉਸ ਤਰ੍ਹਾਂ ਦੀ ਬਹੁਤ ਦੇਖਣ ਨੂੰ ਮਿਲਦੀ ਜਿੱਦਾਂ ਦੀ ਤੁਸੀਂ ਮਨ ਦੇ ਵਿੱਚ ਆਸ ਲੈ ਕੇ ਆਏ ਉਹ ਤੇ ਪੂਰੀ ਉਤਰੀ ਆ ਪੂਰੀ ਉਤਰੀ ਪੂਰੀ ਉਤਰੀ ਐਕਟਿੰਗ ਬਹੁਤ ਵਧੀਆ ਸੀ ਉਹਨਾਂ ਦੀ ਸ਼ੁਕਰੀਆ ਜੀ ਹਾਂਜੀ ਵੀਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਅੰਗਰੇਜ਼ ਬਾਰੇ ਬਹੁਤ ਵਧੀਆ ਜਿੱਦਾਂ ਅਮਰਿੰਦਰ ਗਿੱਲ ਦੀ ਵਧੀਆ ਹੁੰਦੀ ਹੈ ਹਰ ਵਾਰ ਦੀ ਤਰ੍ਹਾਂ ਬਹੁਤ ਵਧੀਆ ਫਿਲਮ ਸੀ ਪੁਰਾਣਾ ਪੰਜਾਬ ਵਿਖਾਇਆ ਉਹਨਾਂ ਬਹੁਤ ਵਧੀਆ ਸਾਰੀਆਂ ਚੀਜ਼ਾਂ ਸਾਰੇ ਸੈੱਟ ਵਗੈਰਾ ਬਹੁਤ ਵਧੀਆ ਲਾਏ ਉਹਨਾਂ ਮਤਲਬ ਬਹੁਤ ਸੈਟੀਸਫਾਈ ਹੋ ਫਿਲਮ ਕਰਦੇ ਇੱਦਾਂ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਪੰਜਾਬੀ ਫਿਲਮ ਇੰਡਸਟਰੀ 'ਚ ਤੁਸੀਂ ਰਿਕਮੈਂਡ ਕਰੋਗੇ ਜ਼ਰੂਰ ਜੀ ਜ਼ਰੂਰ ਇਹੋ ਜਿਹੀਆਂ ਬਣਨੀਆਂ ਚਾਹੀਦੀਆਂ ਜਿੱਦਾਂ ਅਮਰਿੰਦਰ ਗਿੱਲ ਨੂੰ ਵੀ ਹਰੇਕ ਤਰ੍ਹਾਂ ਵੱਖਰਾ ਲੈਂਦੇ ਆ ਅਤੇ ਮੇਰੇ ਖਿਆਲ ਨਾਲ ਬਣਨੀਆਂ ਚਾਹੀਦੀਆਂ ਇੱਦਾਂ ਦੀਆਂ ਜ਼ਰੂਰ ਸ਼ੁਕਰੀਆ ਜੀ ਸ਼ੁਕਰੀਆ ਥੈਂਕ ਯੂ ਭਾਈ ਹਾਂਜੀ ਇਹ ਸਨ ਜੀ ਸਾਡੇ ਵੀਰ ਭਰਾ ਸਾਡੇ ਦਰਸ਼ਕ ਆਸਟ੍ਰੇਲੀਆ ਤੋਂ ਜਿਹੜੇ ਫਿਲਮ ਵੇਖ ਕੇ ਨਿਕਲੇ ਨੇ ਬਾਹਰ ਇਸ ਟਾਈਮ ਅਤੇ ਆਪਾਂ ਇਹਨਾਂ ਦੇ ਰਿਵਿਊ ਰਿਕਾਰਡ ਕਰਾ ਰਹੇ ਹਾਂ ਸੋ ਅਮਰਿੰਦਰ ਗਿੱਲ ਜੀ ਨੂੰ ਅਤੇ ਸਾਰੀ ਉਹਨਾਂ ਦੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਆਸਟ੍ਰੇਲੀਆ ਦੇ ਵੱਲੋਂ ਬੋਲੋ ਉਹਨਾਂ ਨੂੰ ਸਪੋਰਟ ਹੈ ਜੀ ਚੱਕ ਦੋ ਫੱਟੇ ਹਾਂਜੀ ਭਾਜੀ ਅੰਗਰੇਜ਼ ਮੂਵੀ ਵੇਖ ਕੇ ਨਿਕਲੇ ਹੋ ਤੁਸੀਂ ਕਿੱਦਾਂ ਦੀ ਲੱਗੀ ਬਹੁਤ ਵਧੀਆ ਭਾਜੀ ਮੂਵੀ ਬਹੁਤ ਜਿਹਨੂੰ ਕਹਿ ਸਕਦੇ ਆਪਾਂ ਵੀ ਅੱਜ ਤੱਕ ਇੱਦਾਂ ਦੀ ਮੂਵੀ ਵੇਖੀ ਨਹੀਂ ਆਪਾਂ ਪੰਜਾਬੀ 'ਚ ਕੋਈ ਵੀ ਜੀ ਪੂਰੇ ਕਿਹੜੀ ਚੀਜ਼ ਵਧੀਆ ਲੱਗੀ ਹੈ ਤੁਹਾਨੂੰ ਕੁੱਲ ਮਿਲਾ ਕੇ ਫਿਲਮ ਇਹਦੀ ਜਿੱਦਾਂ ਵੀਡੀਓਗ੍ਰਾਫੀ ਵਗੈਰਾ ਲਾ ਲਓ ਤੁਸੀਂ ਸਾਰਾ ਪੁਰਾਣਾ ਸਿਸਟਮ ਜੋ ਵੀ ਉਹ ਬਹੁਤ ਵਧੀਆ ਲੱਗਿਆ ਜੀ ਸੋ ਬਾਕੀ ਆਸਟ੍ਰੇਲੀਆ ਵਾਲਿਆਂ ਨੂੰ ਰਿਕਮੈਂਡ ਕਰੋਗੇ ਹਾਂਜੀ ਹਾਂ ਬਿਲਕੁਲ ਜੀ ਮੈਂ ਸਾਰੇ ਭੈਣ ਭਰਾਵਾਂ ਨੂੰ ਕਹਾਂਗਾ ਕਿ ਮੂਵੀ ਵੇਖਣ ਜ਼ਰੂਰ ਹੈ ਅਤੇ ਬਹੁਤ ਹੀ ਮਤਲਬ ਵਧੀਆ ਫਿਲਮ ਹੈ ਜੀ ਅੱਜ ਦੇ ਟਾਈਮ ਦੇ ਵਿੱਚ ਸ਼ੁਕਰੀਆ ਜੀ ਸ਼ੁਕਰੀਆ ਸ਼ੁਕਰੀਆ ਜੀ ਹਾਂਜੀ ਭੈਣ ਜੀ ਤੁਸੀਂ ਕਹਿਣਾ ਚਾਹੋਗੇ ਫਿਲਮ ਬਾਰੇ ਕੁਛ ਜ਼ਰੂਰ ਜੀ ਉਹ ਤਾਂ ਬਹੁਤ ਵਧੀਆ ਮੂਵੀ ਸੀਗੀ ਸਾਰਿਆਂ ਨੂੰ ਵੇਖਣੀ ਚਾਹੀਦੀ ਹੈ ਪਲੱਸ ਜਿਹੜਾ ਇਹਨਾਂ ਨੇ ਪੁਰਾਣਾ ਕਲਚਰ ਦਿਖਾਇਆ ਵਾਕਈ ਬਹੁਤ ਵਧੀਆ ਲੱਗਿਆ
ਜਿਹੜੇ ਜਿਨ੍ਹਾਂ ਨੇ ਹਲੇ ਨਹੀਂ ਵੇਖੀ ਉਹਨਾਂ ਨੂੰ ਰਿਕਮੈਂਡ ਕਰੋਗੇ ਵੇਖਣ ਦੇ ਲਈ? ਜ਼ਰੂਰ ਜੀ, ਜ਼ਰੂਰ ਜ਼ਰੂਰ ਦੇਖੋ ਇੱਕ ਵਾਰੀ ਤਾਂ। ਸ਼ੁਕਰੀਆ ਜੀ, ਸ਼ੁਕਰੀਆ ਸ਼ੁਕਰੀਆ। ਹਾਂਜੀ, ਅੰਗਰੇਜ਼ ਮੂਵੀ ਵੇਖ ਕੇ ਆਏ ਜੀ, ਕਿੱਦਾਂ ਦੀ ਲੱਗੀ? ਬਹੁਤ ਸੋਹਣੀ ਮੂਵੀ ਸੀਗੀ, ਮਜ਼ਾ ਆ ਗਿਆ। ਮੈਂ ਬਹੁਤ ਚਿਰ ਦੀ ਵੇਟ ਕਰਦੀ ਪਈ ਸੀ, ਇਹਨਾਂ ਨੂੰ ਮੈਂ ਬਹੁਤ ਚਿਰ ਦਾ ਬਣਾਇਆ ਹੋਇਆ ਸੀ, ਕਿਉਂਕਿ ਹੋਰ ਕਿਤੇ ਨਹੀਂ ਜਾਣਾ, ਮੈਨੂੰ ਇਹ ਮੂਵੀ ਜ਼ਰੂਰ ਦਿਖਾ ਦਿਓ। ਸੋ ਇੱਕੋ ਜਿਹੜਾ ਦਿਮਾਗ ਦੇ ਵਿੱਚ ਉਹ ਚੀਜ਼ ਸੀਗੀ ਆਪਾਂ ਫਿਲਮ ਵੇਖਣ ਜਾਣਾ ਵਾ, ਉਹ ਫਿਲਮ ਉਸ ਮਿਆਰ ਤੇ ਪੂਰੀ ਉਤਰੀ? ਬਹੁਤ, ਮਤਲਬ ਕਿ ਹਰ ਇੱਕ ਚੀਜ਼ ਪਰਫੈਕਟ ਸੀਗੀ। ਸ਼ੁਕਰੀਆ ਜੀ। ਹਾਂਜੀ ਭਾਈ, ਤੁਸੀਂ ਕੀ ਕਹਿਣਾ ਚਾਹੋ? ਬਹੁਤ ਵਧੀਆ ਲੱਗੀ, ਜਿਹੜਾ ਕਿ ਪਾਕਿਸਤਾਨ ਦਾ ਬਲਕਿ ਬੈਕ ਸਟੋਰੀ ਸੁਣਾਈ ਗਈ ਆ ਅੰਗਰੇਜ਼ ਦੁਆਰਾ, ਉਹ ਇੱਕ ਬੈਟਰ ਕਨਸੈਪਟ ਸੀ, ਯਾਨੀ ਕਿ ਕਾਫੀ ਜਿਵੇਂ ਇਕੋਲਾ ਰੱਖਿਆ ਜਾਂਦਾ ਬੈਕ ਸਟੋਰੀ ਚ, ਬਹੁਤ ਵਧੀਆ ਲੱਗਾ ਉਹ ਕਨਸੈਪਟ। ਤਾਂ ਕਿ ਇਸ ਤੋਂ ਇਲਾਵਾ ਆਪਣੇ ਜਿਵੇਂ ਅਬਰਾਡ ਚ ਰਹਿੰਦੇ ਜਾਂ ਹੋਰ ਲੋਕ, ਉਹਨਾਂ ਨੂੰ ਪੁਰਾਣੇ ਪਿਛੋਕੜ ਬਾਰੇ ਵੀ ਲਰਨ ਕਰਨ ਦਾ ਮੌਕਾ ਮਿਲਦਾ, ਜਿਵੇਂ ਝੂਮਰ ਵਗੈਰਾ ਆਪਣੇ ਹੈ ਜੀ। ਤੁਹਾਨੂੰ ਲੱਗਦਾ ਆਪਣੇ ਬੱਚੇ ਜਿਹੜੇ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਜ਼ਰੂਰ ਵਾਕਫ ਹੋਣਾ ਚਾਹੀਦਾ? ਹਾਂ ਬਿਲਕੁਲ, ਮੇਰੇ ਹਿਸਾਬ ਨਾਲ ਤਾਂ ਆਪਾਂ ਨੂੰ ਬਿਲਕੁਲ ਵਾਕਫ ਹੋਣਾ ਚਾਹੀਦਾ, ਔਰ ਇਹੋ ਜਿਹਾ ਜਿਹੜਾ ਐਂਟਰਟੇਨਮੈਂਟ ਰਾਹੀਂ ਜੇ ਵਾਕਫ ਹੋਵਾਂਗੇ ਤਾਂ ਇੱਕ ਬੈਟਰ ਤਰੀਕਾ, ਕਿਉਂਕਿ ਹਰ ਚੀਜ਼ ਆਪਾਂ ਆਪਦੇ ਬੱਚਿਆਂ ਨੂੰ ਇੰਨਾ ਟਾਈਮ ਨਹੀਂ, ਬਿਕੋਜ਼ ਇਹਦਾ 3-3 ਘੰਟਿਆਂ 'ਚ ਆਪਾਂ ਸ਼ੋਰਟ ਟਾਈਮ 'ਚ ਕਿੰਨਾ ਕੁਛ ਸਿੱਖ ਲਿਆ ਕਿ ਪੁਰਾਣਾ ਪਾਕਿਸਤਾਨ ਇੱਦਾਂ ਸੀ, ਇੱਦਾਂ ਇੱਦਾਂ ਸੀ। ਤਾਂ ਅੱਜ ਕੱਲ੍ਹ ਲਵ ਸਟੋਰੀ ਇੱਕ ਕਨਸੈਪਟ ਜਿਹੜਾ ਯੂਥ ਨੂੰ ਬਹੁਤ ਵਧੀਆ ਲੱਗਦਾ, ਚਲੋ ਲਵ ਰਾਹੀਂ ਕੁਛ ਸਿੱਖਣ ਦਾ ਮੌਕਾ ਮਿਲਿਆ। ਸੋ ਆਸਟ੍ਰੇਲੀਆ ਵਾਲਿਆਂ ਵੱਲੋਂ ਫੁੱਲ ਜੈਸਿਆ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਸ਼ੁਕਰੀਆ ਜੀ, ਸ਼ੁਕਰੀਆ ਜੀ, ਸ਼ੁਕਰੀਆ। ਅੰਗਰੇਜ਼ ਮੂਵੀ ਦੇਖ ਕੇ ਨਿਕਲੇ ਹੋ, ਕਿੱਦਾਂ ਦੀ ਲੱਗੀ? ਮੇਰੇ ਬਹੁਤ ਵਧੀਆ ਲੱਗੀ ਮੂਵੀ, ਬਹੁਤ ਸੋਹਣੀ ਮੂਵੀ ਹੈਗੀ, ਮਤਲਬ ਕਿ ਅੱਜ ਤੱਕ ਇੱਦਾਂ ਦੀ ਮੂਵੀ ਬਣੀ ਨਹੀਂ ਹੈਗੀ ਕੋਈ, ਅਤੇ ਸਾਨੂੰ ਦੇਖ ਕੇ ਇੱਦਾਂ ਲੱਗਿਆ ਵੀ ਬਹੁਤ ਵਧੀਆ ਇੰਜੋਏ ਕੀਤਾ ਅਸੀਂ ਫੁੱਲ ਟਾਈਮ, ਮਤਲਬ ਕਿ ਬਹੁਤ ਕਮੇਡੀ ਸੀਗੀ, ਬਹੁਤ ਜ਼ਿਆਦਾ ਵਧੀਆ ਸੀਗੀ। ਅਮਰਿੰਦਰ ਗਿੱਲ ਜੀ ਦਾ ਕੰਮ ਕਿੱਦਾਂ ਲੱਗਾ ਇਸ ਬਾਰੇ? ਮੇਰੇ ਬਹੁਤ ਵਧੀਆ ਕੰਮ ਸੀਗਾ, ਮਤਲਬ ਕਿ ਬਹੁਤ ਸੋਹਣੀ ਐਕਟਿੰਗ ਕੀਤੀ ਅਮਰਿੰਦਰ ਗਿੱਲ ਨੇ, ਅਤੇ ਬਾਕੀ ਵੀ ਸਾਰੇ ਜਿੰਨੇ ਬਿੰਨੂ ਢਿੱਲੋਂ ਹੋ ਗਿਆ, ਬਾਕੀ ਹੋਰ ਜਿਹੜੇ ਐਕਟਰ ਸੀਗੇ ਉਹਨਾਂ ਨੇ ਬਹੁਤ ਵਧੀਆ ਐਕਟਿੰਗ ਕੀਤੀ, ਬਹੁਤ ਸੋਹਣੀ। ਜਿਨ੍ਹਾਂ ਨੇ ਹਲੇ ਨਹੀਂ ਵੇਖੀ ਉਹਨਾਂ ਦੇ ਲਈ ਕੀ ਕਹਿਣਾ ਚਾਹੋਗੇ? ਮੇਰੇ ਇਹੀ ਕਹਿਣਾ ਵੀ ਸਾਰਿਆਂ ਨੂੰ ਜ਼ਰੂਰ ਆ ਕੇ ਦੇਖਣੀ ਚਾਹੀਦੀ ਆ, ਮਤਲਬ ਕਿ ਬਹੁਤ ਵਧੀਆ ਮੂਵੀ ਆ, ਫੈਮਿਲੀ ਮੂਵੀ ਆ, ਅਤੇ ਕਿਉਂਕਿ ਇੱਦਾਂ ਦੀ ਮੂਵੀ ਹਜੇ ਤੱਕ ਬਣੀ ਨਹੀਂ ਹੈਗੀ, ਮੈਨੂੰ ਨਹੀਂ ਲੱਗਦਾ ਵੀ ਕੋਈ ਮੂਵੀ ਬਣੀ ਹੋਈ ਅੱਜ ਤੱਕ ਇੱਦਾਂ ਦੀ, ਬਹੁਤ ਵਧੀਆ ਮੂਵੀ ਲੱਗੀ। ਸ਼ੁਕਰੀਆ ਜੀ, ਸ਼ੁਕਰੀਆ। ਹਾਂਜੀ ਭਾਈ, ਤੁਸੀਂ ਕੀ ਕਹਿਣਾ ਚਾਹੋਗੇ? ਮਸਟ ਵਾਚ ਆ ਜੀ, ਮਸਟ ਵਾਚ, ਜ਼ਰੂਰ ਦੇਖਣੀ ਚਾਹੀਦੀ ਹੈ, ਬਹੁਤ ਵਧੀਆ ਮੂਵੀ ਹੈ। ਸੋ ਸਪੈਸ਼ਲੀ ਕਿਹੜੀ ਚੀਜ਼ ਤੁਸੀਂ ਉਹਦੇ ਵਿੱਚ ਸਲਾਉਣ ਜੋ ਗਿਆ, ਕਿਹੜੀ ਚੀਜ਼ ਤੁਹਾਨੂੰ ਵਧੀਆ ਲੱਗੀ? ਵਧੀਆ ਲੱਗੀ ਪੁਰਾਣਾ ਜਿਹੜਾ ਸੈਟਅਪ ਆ, ਲਾਈਕ ਇਹ ਕਾਇੰਡ ਆਫ ਮੈਮਰੀ ਆ ਕਿ ਆਪਣੇ ਪੇਰੈਂਟਸ ਦੇ ਟਾਈਮ ਤੇ ਕਿੱਦਾਂ ਸੀਗਾ ਸਾਰਾ ਜੀ, ਪਿਆਰ ਪਿਓ ਵਾਲਾ ਸਾਰਾ ਸਿਸਟਮ ਜਿਹੜਾ, ਉਹ ਕਾਇੰਡ ਆਫ ਮੈਮਰੀਜ਼ ਨੂੰ ਕਾਇੰਡ ਆਫ ਦੁਬਾਰਾ ਰੀਇਗਨਾਈਟ ਕਰਨ ਵਾਲੀ ਚੀਜ਼ ਆ। ਸ਼ੁਕਰੀਆ ਜੀ। ਹਾਂਜੀ ਭੈਣ ਜੀ, ਤੁਸੀਂ ਕੀ ਕਹਿਣਾ ਚਾਹੋਗੇ ਅੰਗਰੇਜ਼ ਫਿਲਮ ਬਾਰੇ? ਮਸਟ ਵਾਚ ਮੂਵੀ ਆ, ਸਾਰਿਆਂ ਨੂੰ ਜ਼ਰੂਰ ਵੇਖਣੀ ਚਾਹੀਦੀ ਆ, ਤੇ ਲਾਈਕ ਜਿਹੜਾ ਉਹਦਾ ਸੈਟਅਪ ਆ ਦੈਟ ਵਾਸ ਲਾਈਕ ਰੀਅਲੀ ਅਮੇਜ਼ਿੰਗ, ਲਾਈਕ ਮੈਂ ਹੈਰਾਨ ਆ ਕਿੱਦਾਂ ਉਹਨਾਂ ਨੇ ਲਾਈਕ ਪੁਰਾਣਾ ਸੈਟਅਪ ਕੀਤਾ ਐਂਡ ਐਵਰੀਥਿੰਗ, ਲਾਈਕ ਯੂ ਨੋ ਪੁਰਾਣੀਆਂ ਸਾਡੇ ਬੱਚਿਆਂ ਨੂੰ ਜ਼ਰੂਰ ਦੇਖਣੀ ਚਾਹੀਦੀ ਆ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਹਨਾ ਕਿ ਆਪਣੇ ਲਾਈਕ ਪੁਰਾਣੀਆਂ ਪੁਰਾਣਾ ਆਪਣਾ ਵਿਰਸਾ ਕਿੱਦਾਂ ਸੀਗਾ, ਐਂਡ ਜਿਹੜੀਆਂ ਉਹਦੇ ਚ ਕੁੜੀਆਂ ਨੇ ਫੁਲਕਾਰੀਆਂ ਲਿੱਤੀਆਂ ਆ, ਦੈਟ ਵਾਸ ਲਾਈਕ ਇੰਨੀਆਂ ਕੁ ਸੋਹਣੀਆਂ ਆ, ਮੇਰਾ ਹੁਣ ਦਿਲ ਕਰਦਾ ਕਿ ਜਦੋਂ ਵੀ ਇੰਡੀਆ ਜਾਣਾ ਫੁਲਕਾਰੀਆਂ ਲੈ ਕੇ ਆਉਣੀਆਂ ਆ, ਤੇ ਮਸਟ ਵਾਚ ਮੂਵੀ ਆ। ਸੋ ਆਸਟ੍ਰੇਲੀਆ ਵੱਲੋਂ ਦੇ ਬਿਗ ਜੈਸੇ ਅੰਗਰੇਜ਼ ਮੂਵੀ ਨੂੰ ਥੈਂਕ ਯੂ ਜੀ, ਥੈਂਕ ਯੂ, ਸ਼ੁਕਰੀਆ, ਸ਼ੁਕਰੀਆ। ਕਿੱਦਾਂ ਲੱਗੀ ਅੰਗਰੇਜ਼ ਮੂਵੀ? ਬਹੁਤ ਸੋਹਣੀ, ਬਹੁਤ ਸੋਹਣੀ ਆਪਤਾ ਜੀ। ਸੋ ਜਿਨ੍ਹਾਂ ਨੇ ਹਲੇ ਨਹੀਂ ਵੇਖੀ ਉਹਨਾਂ ਦੇ ਨਾਂ ਕੋਈ ਸੰਦੇਸ਼? ਜ਼ਰੂਰ ਦੇਖੋ ਆ ਕੇ ਮੂਵੀ, ਆਪਾਂ ਨੂੰ ਪਤਾ ਲੱਗਦਾ ਵੀ ਆਪਣੇ ਜਿਹੜੇ ਫਾਦਰ ਸਾਹਿਬ ਸੀਗੇ ਉਹਨਾਂ ਦੇ ਕਿਵੇਂ ਉਹਨਾਂ ਨੇ ਕੀ ਕਰਦੇ ਜੀ। ਹਾਂਜੀ। ਸੋ ਗਾਣੇ ਕਿੱਦਾਂ ਦੇ ਲੱਗੇ, ਕੰਮ ਕਿੱਦਾਂ ਦਾ ਲੱਗਾ ਅਮਰਿੰਦਰ ਜੀ? ਸ਼ੁਕਰੀਆ ਜੀ, ਸ਼ੁਕਰੀਆ, ਸ਼ੁਕਰੀਆ।